ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ, ਅਸੀਂ ਆਪਣੇ ਕੈਦੀਆਂ ਨੂੰ ਛਡਾਉਣ ਵਾਸਤੇ 7 ਤਰੀਕ ਤੋਂ ਬੈਠੇ ਹੋਏ ਹਾਂ। ਇਸ ਬਜ਼ੁਰਗ ਨੇ ਸਾਨੂੰ ਚਿੰਨ੍ਹਾਂ ਦੇ ਕੇ ਘਰ ਤੋਂ ਸੱਦ ਕੇ ਪਾਇਆ ਹੋਇਆ ਹੈ। ਆਹ ਅਫਸਰ ਸਾਡੇ ਨਾਲ ਜੁੜਿਆ ਹੈ। ਕੋਈ ਬੰਦਾ ਮਾੜੀ ਟੈਨਸ਼ਨ ਨਾ ਲਏ। ਸਾਰੀ ਸੰਗਤ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ, ਉਹ ਮਾਫ਼ ਕਰ ਸਕਦਾ ਕੋਈ ਗਲਤੀ ਵੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਸੱਤ ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਲੱਗਿਆ, 7 ਜਨਵਰੀ ਤੋਂ ਹੀ YPS ਚੌਂਕ 'ਚ ਬਾਪੂ ਲਾਭ ਸਿੰਘ ਜੀ ਡਟ ਕੇ ਬੈਠੇ ਹੈ। ਜਿਹੜਾ ਕਿਸਾਨੀ ਅੰਦੋਲਨ ਵੇਲੇ ਵੀ ਇਹ ਮਟਕਾ ਚੌਂਕ 'ਚ ਇਹਨਾਂ ਨੇ 1.25 ਸਾਲ ਉੱਥੇ ਧਰਨਾ ਦਿੱਤਾ ਜੀ, ਅਤੇ 7 ਜਨਵਰੀ ਤੋਂ ਹੀ ਇੱਥੇ YPS ਚੌਂਕ 'ਚ ਬੈਠੇ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਇਹਨਾਂ ਨੇ 48 ਘੰਟੇ ਪਹਿਲਾਂ, 3 ਦਿਨ ਪਹਿਲਾਂ ਭੁੱਖ ਹੜਤਾਲ ਰੱਖੀ ਸੀ ਜੀ। ਸੋ ਸਰਕਾਰਾਂ ਤੱਕ ਆਪਣਾ ਮੈਸੇਜ ਪਹੁੰਚਾਉਣ ਵਾਸਤੇ ਮੈਂ ਕਹਿੰਦਾ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ। 85-90 ਸਾਲ ਦੀ ਉਮਰ 'ਚ ਬਾਪੂ ਲਾਭ ਸਿੰਘ ਜੀ, ਜਿਨ੍ਹਾਂ ਦੀ ਭਾਵੇਂ ਸਿਹਤ ਵੀ ਆ ਗਿਆ ਨਹੀਂ ਦਿੰਦੀ, ਫਿਰ ਵੀ ਉਹਨਾਂ ਦੀ ਹਮਦਰਦੀ ਵਾਸਤੇ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਬਦੀਆਂ ਦੇ ਇਨਸਾਫ਼ ਲਈ ਅਤੇ 328 ਲਾਪਤਾ ਸਰੂਪਾਂ ਦੇ ਇਨਸਾਫ਼ ਲਈ ਉਹਨਾਂ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਭੁੱਖ ਹੜਤਾਲ ਰੱਖੀ ਹੈ। ਸੋ ਅੱਜ ਇਹਨਾਂ ਦੀ ਅਸੀਂ ਭੁੱਖ ਹੜਤਾਲ ਹੈ ਜਿਹੜੀ ਜੂਸ ਪਿਲਾ ਕੇ ਖਿਲਾਈ ਹੈ। ਪ੍ਰਸ਼ਾਸਨ ਨੇ ਇਹਨਾਂ ਦਾ ਬਹੁਤ ਸਹਿਯੋਗ ਦਿੱਤਾ, ਕਿਉਂਕਿ ਜਿਸ ਦਿਨ ਤੋਂ ਇਹ ਬੈਠੇ ਹੈ ਪ੍ਰਸ਼ਾਸਨ ਇਹਨਾਂ ਨਾਲ ਪੂਰੀ ਹਮਦਰਦੀ ਨਾਲ ਪੇਸ਼ ਆ ਰਿਹਾ। ਸੋ ਅੱਜ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਬੀਬੀ ਜੀ ਵੀ ਆਏ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜਿਹੜਾ ਇਹ ਸੰਘਰਸ਼ ਹੈ ਇਹ ਪਰਿਵਾਰ ਦੀ ਸਹਿਮਤੀ ਬਿਨਾਂ ਨਹੀਂ ਲੜਿਆ ਜਾਂਦਾ। ਸੋ ਪਰਿਵਾਰ ਇਹਨਾਂ ਦਾ ਪੂਰਾ ਸਾਥ ਦੇ ਰਿਹਾ ਇਸ ਸੰਘਰਸ਼ 'ਚ। ਸੋ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਉਣ ਵਾਲੀ 11 ਜਨਵਰੀ ਨੂੰ ਜੀ ਜਿਹੜਾ ਇੱਕ ਰਿਹਾਈ ਮਾਰਚ ਕੱਢਿਆ ਜਾ ਰਿਹਾ ਗੁਰਦੁਆਰਾ ਜੋਤੀ ਸਰੂਪ ਤੋਂ ਜੀ, ਸੋ ਸੰਗਤਾਂ ਨੂੰ ਅਪੀਲ ਹੈ ਵੀ 11 ਜਨਵਰੀ ਨੂੰ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਉੱਥੇ ਪਹੁੰਚ ਕੇ ਤਕਰੀਬਨ ਉਹ 10 ਵਜੇ ਉੱਥੇ ਤੋਂ ਚਾਲੇ ਪਾਉਣੇ ਹੈ। ਸੋ ਸੰਗਤਾਂ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ। ਸੋ ਬਾਪੂ ਲਾਭ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਹਮਦਰਦੀ ਦਿਖਾਈ ਹੈ, ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਹਦਾ ਨਾਰਾ ਮਾਰਿਆ, ਇਹ ਸਾਡੇ 'ਤੇ ਬਹੁਤ ਵੱਡਾ ਅਹਿਸਾਨ ਹੈ। ਸੋ ਅਸੀਂ ਆਪਣਾ ਫਰਜ਼ ਨਿਭਾਇਆ। ਬਾਪੂ ਜੀ ਦਾ ਅੰਤ ਵਿੱਚ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।